ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਕ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਜੀ। ਅੱਜ ਕੀ ਗੱਲ ਹੋਈ ਇੱਥੇ, ਕਿੱਥੇ ਜਾ ਰਹੀ, ਕੀ ਕਿਸ ਕਰਕੇ ਰੋਕੇ ਗਏ? ਅੱਜ ਸਾਡੀ ਗ੍ਰਾਹਕ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਮੈਸਰਖਾਨੇ ਦੇ ਵਿੱਚ ਇਕੱਠੇ ਹੋਣਾ ਸੀ ਅਸੀਂ। ਕਿਉਂ ਮੈਸਰਖਾਨੇ ਦੇ ਵਿੱਚ ਇਕੱਠੇ ਹੋਣਾ ਸੀ? ਕੱਲ੍ਹ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਰਤਮਾਲਾ ਪ੍ਰੋਜੈਕਟ ਜਿਹੜਾ ਨਿਕਲ ਰਿਹਾ ਇੱਧਰ ਬਠਿੰਡੇ ਦੇ ਏਰੀਏ ਦੇ ਵਿੱਚ, ਦੋਨਾਂ ਪਿੰਡ ਅਤੇ ਸ਼ੇਰਗੜ੍ਹ ਆ, ਸ਼ਾਇਦ ਥੋੜ੍ਹਾ ਬਹੁਤਾ ਮੇਰੇ ਕਹਿਣ 'ਚ ਨਾ ਫਰਕ ਹੋਵੇ, ਅਤੇ ਇੱਕ ਪਿੰਡ ਹੋਰ ਹੈ। ਤਿੰਨ ਪਿੰਡਾਂ ਦੀ ਜਾਣੀ ਜਿਹੜੀ ਜ਼ਮੀਨ ਹੈ ਉਹ ਧੱਕੇ ਦੇ ਨਾਲ ਅਕਵਾਇਰ ਕਰਕੇ, ਜੇ ਉਹਨਾਂ ਨੂੰ ਚੈੱਕ ਵੀ ਨਹੀਂ ਦਿੱਤਾ ਗਿਆ, ਅਤੇ ਉਹਨਾਂ ਦੀ ਧੱਕੇ ਨਾਲ ਜਿਹੜੀ ਬੀਜੀ ਹੋਈ ਫਸਲ ਹੈ ਕਣਕ ਦੀ, ਉਹ ਤਬਾਹ ਕਰਕੇ ਉਹ ਜ਼ਮੀਨ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਡੀ ਧਾੜਾਂ ਲਾ ਕੇ ਕਬਜ਼ਾ ਕਰ ਲਿਆ ਬਗੈਰ ਚੈੱਕ ਦਿੱਤੇ ਤੋਂ। ਉਹਦੇ ਸੰਬੰਧ ਦੇ ਵਿੱਚ ਰੋਸ ਵਜੋਂ ਸੂਬਾ ਕਮੇਟੀ ਗ੍ਰਾਹਾਂ ਨੇ ਫੈਸਲਾ ਕੀਤਾ ਵੀ ਸਵੇਰੇ ਮੈਸਰਖਾਨੇ ਦੇ ਵਿੱਚ ਅੱਜ ਇਕੱਠੇ ਹੋਣਾ ਸੀ, ਅਤੇ ਬਹੁਤ ਸਾਰੀ ਸਾਡੀ ਸੰਗਤ, ਬਹੁਤ ਸਾਰੀ ਸਾਡੀ ਜਥੇਬੰਦੀ ਵੱਡੀ ਪੱਧਰ ਦੇ ਉੱਤੇ ਮੈਸਰਖਾਨੇ 'ਚ ਇਕੱਠੀ ਹੋਈ ਹੈ। ਇੱਥੇ 5 ਪਿੰਡ ਇਹ ਕੁਛ ਲੇਟ ਹੋ ਗਏ, ਇੱਥੇ ਲੰਘ ਰਹੇ ਸੀ। ਕਿਹੜੇ ਕਿਹੜੇ ਪਿੰਡ ਨੇ? ਦਾਨਗੜ੍ਹ, ਸੇਖਾ, ਧਨੌਲਾ, ਵਜੀਦ ਕੇ, ਚਹਾਨਕੀ, ਇਹ 5 ਪਿੰਡ ਇੱਥੇ ਆ ਰਹੇ ਸੀ। ਅਤੇ ਇੱਥੋਂ ਪੁਲਿਸ ਨੇ ਜਾਣਦੀ, ਇੱਥੋਂ ਦੇ ਪ੍ਰਸ਼ਾਸਨ ਨੇ, ਬਰਨਾਲਾ ਦੇ ਨੇ, ਹੰਢਾਏ ਚੌਂਕ 'ਚ ਖੁੱਡੀ ਵਾਲੇ ਕੈਂਚੀਆਂ, ਜਿਹਨੂੰ ਛੋਟੀਆਂ ਕੈਂਚੀਆਂ ਕਿਹਾ ਜਾਂਦਾ, ਇੱਥੇ ਘੇਰ ਕੇ ਨਾਕਾ ਲਾ ਕੇ। ਅਸੀਂ ਸਵੇਰ ਦੇ ਇੱਕ ਸਾਈਡ 'ਤੇ ਬੈਠੇ ਸੀ, ਅਤੇ ਨਾ ਅਸੀਂ ਕੋਈ ਰੋਡ ਰੋਕਿਆ ਸੀ, ਅਤੇ ਅਸੀਂ ਆਪਣੀ ਸਟੇਜ ਇੱਥੇ ਚਲਾ ਲਈ ਸੀ। ਉਸ ਤੋਂ ਬਾਅਦ ਸਾਡੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਮੈਸਰਖਾਨੇ ਤੋਂ ਵੀ ਅਸੀਂ ਹੁਣ ਕੋਈ ਵੀ ਨਾਕਾ ਹੋਵੇ ਅਸੀਂ ਤੋੜਾਂਗੇ, ਅਤੇ ਉਹ ਜਦੋਂ ਉਹਨਾਂ ਨੇ ਨਾਕੇ ਤੋੜੇ ਨੇ, ਉੱਥੋਂ ਲੰਘੇ ਨੇ ਗਾਹਾਂ ਅੱਗੇ ਵਧੇ ਨੇ, ਅਤੇ ਅਸੀਂ ਵੀ ਇੱਥੋਂ ਐਲਾਨ ਕੀਤਾ ਵੀ ਅਸੀਂ ਵੀ ਅੱਗੇ ਜਾਣਾ। ਸਾਨੂੰ ਵੱਡੀ ਤਾਕਤ ਪੁਲਿਸ ਫੋਰਸ ਲਾ ਕੇ ਸਾਨੂੰ ਇੱਥੇ ਰੋਕਿਆ ਗਿਆ, ਅਸੀਂ ਰੁਕੇ ਹਾਂ, ਅਤੇ ਪੁਲਿਸ ਨੇ ਸਾਡੇ ਸਪੀਕਰ ਗੱਡੀ ਦਾ ਨੁਕਸਾਨ ਵੀ ਕੀਤਾ, ਇੱਕ ਸਾਈਡ ਸੀਸਾ ਅਤੇ ਮੇਰਾ ਖਿਆਲ ਲੀਡ ਮੈਕ ਆ, ਅਤੇ ਨੰਬਰ ਪਲੇਟ ਆ, ਉਹ ਪੁਲਿਸ ਨੇ ਜਾਣਦੀ ਇੱਥੇ ਤੋੜੀ ਹੈ ਧੱਕੇਸ਼ਾਹੀ ਕਰਕੇ, ਅਤੇ ਉਹਦੀ ਵੀ ਅਸੀਂ ਭਰਪਾਈ ਲੈਣੀ ਹੈ। ਅਤੇ ਉਦੋਂ ਬਾਅਦ ਜਿਵੇਂ ਸਾਡੀ ਸੂਬਾ ਕਮੇਟੀ ਦਾ ਫੈਸਲਾ ਹੋਊ, ਅਸੀਂ ਰੋਸ ਵਜੋਂ ਫਿਰ ਆ ਰੋਡ ਇੱਕ ਸਾਈਡ 'ਤੇ ਬੰਦ ਕੀਤੀ ਹੈ, ਨਾ ਕਿ ਪੂਰਾ ਲੋਕਾਂ ਨੂੰ ਤੰਗ ਪਰੇਸ਼ਾਨ ਵਾਲੀ ਗੱਲ ਨਹੀਂ ਕੀਤੀ। ਇੱਧਰ ਦੀ ਲੋਕ ਲੰਘਦੇ ਨੇ, ਇੱਧਰ ਦੀ ਲੰਘਦੇ ਨੇ, ਸਿਰਫ ਇੱਕ ਰੋਸ ਜ਼ਾਹਰ ਕਰਨ ਦੇ ਮਾਰੇ ਨੇ ਇੱਕ ਸਾਈਡ, ਵੀ ਲੋਕਾਂ ਨੂੰ ਪਤਾ ਲੱਗੇ ਵੀ ਆਹ ਲੋਕ ਵੀ ਜ਼ਮੀਨਾਂ ਬਚਾਉਣ ਵਾਲੇ ਨੇ, ਜ਼ਮੀਨਾਂ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਵੱਡੀ ਅਫਸਰਸ਼ਾਹੀ ਹੈ, ਇਹ ਉਹਨਾਂ ਕੋਲ ਜ਼ਮੀਨਾਂ ਸਾਡੇ ਨਾਲੋਂ ਜ਼ਿਆਦਾ ਹੋ ਸਕਦੀਆਂ ਨੇ, ਅਸੀਂ ਸਾਡੇ ਕੋਲ ਬਹੁਤ ਥੋੜ੍ਹੀਆਂ ਨੇ, ਪਰ ਉਹਨਾਂ ਦੀ ਮਜਬੂਰੀ ਵੀ ਹੈ ਕਦੇ, ਪਰ ਜ਼ਮੀਨਾਂ ਅਸੀਂ ਪੂਰੇ ਲੋਕਾਂ ਦੀਆਂ, ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਘਰ ਮਕਾਨ ਜਿੱਥੇ ਵੀ ਕੋਈ ਹੁੰਦਾ ਹੈ ਗ੍ਰਾਹਾਂ ਜਥੇਬੰਦੀ ਵੱਲੋਂ, ਉੱਥੇ ਸੰਘਰਸ਼ ਵਿੱਢਿਆ ਜਾਂਦਾ, ਅਤੇ ਅਸੀਂ ਵਿੜਦੇ ਰਹਾਂਗੇ, ਸਾਨੂੰ ਕੋਈ ਵੀ ਤਾਕਤ ਰੋਕਣ ਵਾਲੀ ਨਹੀਂ ਹੈ। ਜੇ ਨਾ ਅੱਗੇ ਜਾਣ ਦਿੱਤਾ ਫਿਰ, ਜੇ ਸਾਨੂੰ ਇੱਥੇ ਨਾ ਜਾਣ ਦਿੱਤਾ, ਜੋ ਸਾਡੀ ਸੂਬਾ ਕਮੇਟੀ ਦਾ ਫੈਸਲਾ ਹੋਊਗਾ ਉਹਦੇ 'ਤੇ ਫੁੱਲ ਚੜਾਵਾਂਗੇ। ਅੱਜ ਕੀ ਨਾਮ ਤੁਹਾਡਾ ਜੀ? ਲਖਵੀਰ ਕੌਰ ਧਨੌਲਾ। ਕੀ ਕਹਿਣਾ ਚਾਹੋਗੇ ਜੀ ਅੱਜ ਤੁਹਾਨੂੰ, ਅਸੀਂ ਅੱਜ ਜਾ ਰਹੇ, ਕਿੱਥੇ ਜਾ ਰਹੇ, ਕੀ ਕਿਵੇਂ ਰੋਕਿਆ ਗਿਆ? ਅਸੀਂ ਮੈਸਰਖਾਨੇ ਜਾ ਰਹੇ ਸੀਗੇ, ਉੱਥੇ ਕਿਸਾਨ ਨਾਲ ਧੱਕਾ ਹੋਇਆ, ਉਹਦੀ ਜ਼ਮੀਨ ਜਿਹੜਾ ਭਾਰਤ ਪ੍ਰੋਜੈਕਟ ਚੱਲ ਰਿਹਾ ਉਹਦੇ ਵਿੱਚ ਆਈ ਆ, ਅਤੇ ਉਹਨਾਂ ਨੇ ਜਾਣੀ ਕੋਈ ਚੈੱਕ ਵੀ ਨਹੀਂ ਚੱਕਿਆ ਕਿਸਾਨ ਨੇ, ਉਹਦੇ ਨਾਲ ਧੱਕੇ ਸਾਈ, ਅਤੇ ਉਹਦੀ ਕਣਕ ਕਿਸਾਨ ਇਹਦੇ ਕੋਲ ਸਰਕਾਰ ਕਨੀ ਵਾਹੀ ਗਈ ਆ, ਪੂਰੀ ਉਹਦੇ ਨਾਲ ਧੱਕੇ ਸਾਈ ਹੋਈ ਆ ਕਿਸਾਨ ਨਾਲ, ਕੋਈ ਉਹਨੇ ਪੈਸਾ ਨਹੀਂ ਲਿਆ, ਉਹਨੇ ਕੋਈ ਚੈੱਕ ਨਹੀਂ ਚੱਕਿਆ ਹੈਗਾ, ਆਪਣੀ ਜਥੇਬੰਦੀ ਗ੍ਰਾਹਾਂ ਉਹਦੀ ਹੱਕ 'ਚ ਜਾ ਰਹੀ ਸੀ, ਉਹਨੂੰ ਹਾਰਾ ਨਾਰਾ ਮਾਰਨ ਜਾ ਰਹੇ ਸੀ, ਅਸੀਂ ਇੱਧਰੋਂ ਆ ਰਹੇ ਸੀ, ਸਾਨੂੰ ਇੱਥੇ ਅੰਡਿਆ ਹੀ ਰੋਕਿਆ ਗਿਆ, ਅਸੀਂ ਕਿਹਾ ਵੀ ਸਾਨੂੰ ਅੱਗੇ ਜਾਣ ਦਿਉ, ਫਿਰ ਜਦੋਂ ਸਾਨੂੰ ਅਸੀਂ ਆਪਣੀ ਇੱਥੇ ਸਟੇਜ ਚਾਲੂ ਕਰ ਲਈ, ਉਦੋਂ ਬਾਅਦ ਸਾਡੀ ਸਟੇਜ ਚੱਲੀ ਗਈ, ਅਤੇ ਇਕੱਠ ਸਾਡੇ ਕੋਲ ਥੋੜ੍ਹਾ ਸੀ, ਪੁਲਿਸ ਪ੍ਰਸ਼ਾਸਨ ਵੱਧ ਸੀਗਾ, ਅਤੇ ਛੋਟੇ ਇਕੱਠ ਕਰਕੇ ਮਤਲਬ ਸਾਤੋਂ ਇਹਨਾਂ ਦੀ ਬਰਾਬਰੀ ਨਹੀਂ ਹੋਈ, ਅਸੀਂ ਇੱਥੇ ਬਹਿ ਕੇ ਧਰਨਾ ਲਾ ਲਿਆ, ਉਦੋਂ ਬਾਅਦ ਅਸੀਂ ਕਿਹਾ ਵੀ ਆਪਣੇ ਘਰਾਂ ਨੂੰ ਜਾਂਦੇ ਹਾਂ, ਫਿਰ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਜਾਣ ਨਹੀਂ ਦਿੱਤਾ, ਫਿਰ ਉਦੋਂ ਬਾਅਦ ਅਸੀਂ ਰੋਡ ਜਾਮ ਕਰਿਆ, ਹੁਣ ਅਸੀਂ ਬੈਠੇ ਹਾਂ, ਜੋ ਸਾਡੀ ਸੂਬਾ ਕਾਲ ਕੰਨੀਓ ਸਾਨੂੰ ਕਾਲ ਆਊਗੀ ਉਵੇਂ ਅਸੀਂ ਅੱਗੇ ਚੱਲਾਂਗੇ, ਨਾ ਸੁਣਵਾਈ ਹੋਈ, ਬੈਠੇ ਹਾਂ, ਜਿੰਨਾ ਚਿਰ ਸੂਬਾ ਕਾਲ ਨਹੀਂ ਆਉਂਦੀ ਉਨਾ ਚਿਰ ਬੈਠੇ ਰਹਾਂਗੇ। ਕਿਸ ਤਰ੍ਹਾਂ ਦੇ ਪ੍ਰਸ਼ਾਸਨ ਦੇ ਵਿੱਚ ਰੁਕੀ?
ਪ੍ਰਸ਼ਾਸਨ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਸਰਕਾਰਾਂ ਨੇ ਭਗਵੰਤ ਮਾਨ ਦੀ, ਇਹ ਕੋਈ ਕਿਸਾਨਾਂ ਦੀ ਨਹੀਂ, ਜਿਹੜੀ ਕਹਿੰਦੀ ਸੀ ਇਹ ਭਗਵੰਤ ਮਾਨ ਦੀ ਸਰਕਾਰ ਵੀ ਸੱਤਾਂ ਤੋਂ ਚੱਲਿਆ ਕਰੂਗੀ। ਤੁਸੀਂ ਦੇਖੋ ਕਿਸਾਨ ਮੰਡੀਆਂ ਦੇ ਵਿੱਚ ਰੌਲ ਰਿਹਾ, ਧੱਕਾ ਸਾਈ ਕਿਸਾਨ ਅਤੇ ਮਜ਼ਦੂਰ ਨਾਲ ਹੋ ਰਹੀ ਆ। ਕੋਈ ਭਗਵੰਤ ਮਾਨ ਦੀ ਸਰਕਾਰ ਸਿਰਫ ਸੈਂਟਰ ਦੀ ਸਰਕਾਰ ਦੀ ਹਾਮੀ 'ਚ ਹਾਮੀ ਭਰਦੀ ਆ, ਕੋਈ ਆਪਣੇ ਪੰਜਾਬ ਬਾਰੇ ਸੋਚ ਨਹੀਂ ਰਹੀ। ਹਾਂਜੀ, ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿਹੜੀ ਅੱਜ ਕਾਲ ਦਿੱਤੀ ਹੋਈ ਸੀ ਬਠਿੰਡੇ ਦੇ ਜ਼ਿਲ੍ਹੇ ਦੇ ਵਿੱਚ ਕੋਈ ਜ਼ਮੀਨ ਦੀ ਅਕੁਆਇਰ ਨੂੰ ਲੈ ਕੇ ਉੱਥੇ ਮਾਇਸਰਖਾਨੇ ਵਿੱਚ ਇਕੱਠੇ ਹੋਣ ਦੀ ਕਾਲ ਸੀ। ਸੋ ਜਿਹੜੇ ਨਾਲ ਦੇ ਜ਼ਿਲ੍ਹੇ ਸਾਨੂੰ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਹਦਾਇਤ ਹੋਈ ਸੀ ਕਿ ਆਪਣੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਕਿਸਾਨ ਯੂਨੀਅਨ ਦੇ ਉੱਥੇ ਆਗੂ ਜਾਂ ਵਰਕਰ ਜਿਹੜੇ ਜਾਣਗੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਉੱਥੇ ਲੋਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਖਰਾਬ ਨਾ ਹੋ ਸਕੇ ਬਠਿੰਡੇ ਜ਼ਿਲ੍ਹੇ ਦੇ ਵਿੱਚ। ਸੋ ਜਿਸ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਇੱਥੇ ਹੰਡਿਆਇਆ ਦੇ ਖੁੱਡੀ ਕੱਟ ਦੇ ਉੱਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਅਤੇ 4 ਦੇ ਕਰੀਬ ਇੱਥੇ ਪਿਕਅਪ ਗੱਡੀਆਂ ਜੋ ਵੱਖ ਵੱਖ ਪਿੰਡਾਂ ਨਾਲ ਸੰਬੰਧਿਤ ਬਰਨਾਲਾ ਬਲਾਕ ਦੀਆਂ ਇੱਥੇ ਆਈਆਂ ਸੀ ਜਿਨ੍ਹਾਂ ਨੂੰ ਅਸੀਂ ਰੋਕਿਆ ਅਤੇ ਉਹਨਾਂ ਨੂੰ ਸਮਝਾਇਆ ਕਿ ਜਿਹੜਾ ਅੱਗੇ ਜਾਣਾ ਜਿਹੜਾ ਮਨਾਹੀ ਹੈ। ਇਸ ਤੋਂ ਬਾਅਦ ਕਿ ਇਹਨਾਂ ਨੇ ਇੱਕ ਪੀਸਫੁੱਲ ਇੱਥੇ ਧਰਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀ। ਦੋ ਵਕਤ ਕਰੀਬ ਸ਼ਾਮੀ 4 ਵਜੇ ਜੋ ਇੱਥੇ ਲੋਕਲ ਜਿਹੜੇ BKU ਦੇ ਬੈਠੇ ਸੀ ਆਗੂ ਅਤੇ ਵਰਕਰ ਉਹਨਾਂ ਵੱਲੋਂ ਬਠਿੰਡੇ ਆਪਣੇ ਆਗੂਆਂ ਨਾਲ ਗੱਲ ਕੀਤੀ ਗਈ ਅਤੇ ਇਹਨਾਂ ਨੇ ਫਿਰ ਕਿਹਾ ਕਿ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਅਤੇ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਉੱਥੇ ਜਾਣ ਲਈ ਤੁਹਾਨੂੰ ਅਲਾਓ ਨਹੀਂ ਕਰ ਸਕਦੇ। ਸੋ ਜਿਹਦੇ ਵਿੱਚ ਰੋਸ ਦੇ ਵਜੋਂ ਇਹਨਾਂ ਨੇ ਜਿਹੜਾ ਬਰਨਾਲਾ ਹਾਈਵੇ ਆ ਬਰਨਾਲਾ ਬਠਿੰਡਾ ਹਾਈਵੇ ਉਹਦੀ ਇੱਕ ਸਾਈਡ ਜਿਹੜੀ ਬੰਦ ਕੀਤੀ ਹੈ ਅਤੇ ਆਪਾਂ ਇੱਥੇ ਡਿਊਟੀ ਲਗਾ ਦਿੱਤੀ ਗਈ ਹੈ, ਟ੍ਰੈਫਿਕ ਡਾਇਵਰਜਨ ਲਗਾ ਦਿੱਤੀ ਗਈ ਹੈ ਅਤੇ ਧਰਨਾ ਚੱਲ ਰਿਹਾ। ਸਰ ਇਹ ਕਹਿ ਰਹੇ ਕਿ ਗੱਡੀ ਰੋਕੇਗੀ, ਮਾਈਕ ਦੀ ਤਾਰਾਂ ਪੜਦੀ ਹੈ, ਨੰਬਰ ਪਲੇਟ ਪੜਦੀ, ਕੋਈ ਪੁਲਿਸ ਬੰਦੂਕ ਹੈ ਜਾਂ ਕੁਝ? ਦੇਖੋ ਜੀ, ਜਦੋਂ ਇਹ ਜ਼ਬਰਦਸਤੀ ਪੁਲਿਸ ਦੇ ਨਾਲ ਧੱਕਾ ਮੁੱਕੀ ਕਰਕੇ ਇੱਥੋਂ ਗੱਡੀਆਂ ਲੈ ਕੇ ਭਜਾ ਕੇ ਜਾ ਰਹੇ ਸੀ ਅਤੇ ਉਹਨਾਂ ਨੂੰ ਫਿਰ ਰੋਕਿਆ ਗਿਆ। ਇਹ ਜਿਹੜੇ ਇਹਨਾਂ ਦੇ ਕੁਛ ਆਗੂ ਗੱਡੀ ਦੇ ਉੱਤੇ ਵੀ ਚੜ੍ਹੇ ਹੋਏ ਸੀ, ਉਹਨਾਂ ਨੂੰ ਉੱਤੋਂ ਲਾਇਆ ਗਿਆ ਅਤੇ ਫਿਰ ਉਹਦੇ ਵਿੱਚ ਕੋਈ ਜਿਹੜਾ ਕੋਈ ਜਦੋਂ ਇਹ ਚੜ੍ਹ ਰਹੇ ਸੀ ਉੱਤੇ ਉਹਦੇ ਨਾਲ ਕੁਛ ਇਹਦੀ ਨੰਬਰ ਪਲੇਟ ਨੂੰ ਕੋਈ ਨੁਕਸਾਨ ਹੋਇਆ ਹੈਗਾ ਉਹ ਆਪਾਂ ਬਾਅਦ ਚਲਾਂਗੇ ਕੀ ਹੋਇਆ ਕੀ। ਅਤੇ ਹੁਣ ਅੱਗੇ ਇਹਨਾਂ ਨੂੰ ਜਾਣ ਦਿੱਤਾ ਜਾਊਗਾ ਕਿ ਇੱਥੇ ਰੋਕੇ ਰੱਖੇ? ਨਹੀਂ, ਉੱਥੇ ਬਠਿੰਡੇ ਜਾਣ 'ਤੇ ਆਪਾਂ ਮਨਾਹੀ ਹੈ ਜੀ, ਬਿਲਕੁਲ ਇੱਥੇ ਰੋਕ ਕੇ ਰੱਖਿਆ ਜਾਏਗਾ। ਅੱਗੇ ਜੋ ਵੀ ਹੁਕਮ ਆਉਣਗੇ, ਅੱਗੇ ਜੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੋ ਉੱਥੇ ਲੋਅ ਐਂਡ ਆਰਡਰ ਦੀ ਸਥਿਤੀ ਬਣਦੀ ਆ ਉਸਦੇ ਦੇਖਦੇ ਹੀ ਉਹਦੇ ਅਕੋਰਡਿੰਗ ਇੱਥੇ ਕਾਰਵਾਈ ਕੀਤੀ ਜਾਊਗੀ।